ਟੈਫਨ ਵਾਲੇ ਉਹਦੇ ਫੋੜ ਤੇ ਲਈ ਆ ਟਰਬੋ ਤੇ ਸਾਰਾ ਹਿੱਸਾ ਪਿਛਲਾ 60 ਦਾ ਲੰਬਾ ਵੀ ਤੇਲ ਬ੍ਰੇਕਾਂ ਜੀ ਤੇਲ ਬ੍ਰੇਕ ਤੇ ਇਹਦੇ ਲੇ ਲੈਣ ਦਾ ਇੰਜਨ ਲੱਗ ਰਿਹਾ ਸਾਰਾ ਮਾਡਲ ਹੋ ਗਿਆ ਕਿੰਨੇ ਐਚ ਪੀ ਇੰਜਨ ਆ ਜੀ ਇਹ 4 ਸਿਲੰਡਰ ਰੱਖ ਲਿਆ ਅੱਛਾ ਜੀ ਮੈਨੂੰ ਵੀਰੇ ਕਿੰਨੇ ਕਿ ਦਾ ਬਣ ਜਾਂਦਾ ਇੰਜਨ ਇਹਦਾ ਉਹ ਐਚ ਪੀ ਦਾ ਇੰਜਨ ਲੈ ਆਂ ਜੀ ਮੰਗਾ ਦਾ ਭੂਮੀ ਪੱਤਰ ਇਹ ਵੀ ਤਿਆਰ ਹੋ ਰਿਹਾ ਹੈ ਜੀ ਇਧਰ ਇਹਨੂੰ ਬਾਈ ਫੋਰ ਬਾਈ ਤੁਹਾਨੂੰ ਧਮਾਕੇਦਾਰ ਚੀਜ਼ਾਂ ਦਿਖਾਉਣੀਆਂ ਨੇ ਦੋ ਘੈਂਟ ਪੂਰੀਆਂ ਪਹਿਲੀ ਦਾ ਵੀਡੀਓ ਦੇ ਆਪਾਂ ਫੋਰ ਤੇ ਲੱਗ ਰਹੀ ਆ ਟਰਬੋ 3600 ਫੋਰ ਦੇ ਟਰਬੋ ਲੱਗ ਰਹੀ ਆ ਬਾਈ ਉਹ ਦਿਖਾ ਰਹੇ ਆ ਤੇ ਦੂਜਾ ਜੌਂਡੀਅਰ ਦੇ ਲੱਗ ਰਿਹਾ ਲੇ ਲੈਂਡ ਦਾ ਇੰਜਨ ਆਪਾਂ ਖੜੇ ਆ ਬਾਈ ਸੁਰਿੰਦਰ ਟਰੈਕਟਰ ਵਰਕਸ਼ਾਪ ਸਰਹੰਦ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਦਿਖਾਉਂਦੇ ਆ ਤੁਹਾਨੂੰ ਅੱਜ ਦੇ ਆਪਣੇ ਨਵੇਂ ਪ੍ਰੋਜੈਕਟ ਸਭ ਤੋਂ ਪਹਿਲਾਂ ਬਾਈ ਆਪਾਂ ਸ਼ੁਰੂ ਕਰਦੇ ਆ ਫੋਰ ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਫੋਰ 3600 ਬਾਈ ਨਾਲ ਗੱਲਬਾਤ ਕਰਦੇ ਆ ਵੀ ਇਹਦੇ 'ਚ ਕੀ ਬਾਈ ਕੰਮ ਚੱਲ ਰਿਹਾ ਇਹਦੇ 'ਚ ਹੋਰ ਜੀ ਵੀਰ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਚੱਲ ਰਿਹਾ ਕੰਮ ਮਾਰੋ ਮਾਰ ਵੀਰੇ ਜਿਹੜਾ ਆਪਣਾ ਫੋਰ ਆ ਇਹ 3600 ਇਹ 'ਚ ਆਪਾਂ ਕੀ ਕੀ ਕਰ ਰਹੇ ਹਾਂ ਟਰਬੋ ਲੱਗ ਰਹੀ ਹੈ ਜੀ ਠੀਕ ਹੈ ਜੀ ਇਹ ਡਾਇਫਰਾਮ ਵਾਲਾ ਹੀ ਹੈ ਅਸੀਂ ਪੰਪ ਵੀ ਡਾਇਫਰਾਮ ਵਾਲਾ ਹੀ ਆ ਪੰਪ ਕੋਈ ਚੇਂਜ ਨਹੀਂ ਕਰਿਆ ਜੀ ਪੰਪ ਡਾਇਫਰਾਮ ਵਾਲਾ ਹੀ ਹੈ ਕਿੰਨੇ ਨੰਬਰ ਟਰਬੋ ਲੱਗ ਰਹੀ ਹੈ 25 ਨੰਬਰ ਹੈ ਟਰਬੋ 25 ਨੰਬਰ ਲੱਗ ਰਹੀ ਹੈ ਜੀ 25 ਨੰਬਰ ਮਤਲਬ ਇਹ ਟੈਲ ਦੀ ਹੈ ਹਾਂਜੀ ਟੈਲ ਕੰਪਨੀ ਦੀ ਹੈ ਜੀ ਹਾਂ ਠੀਕ ਹੈ ਜੀ ਤੇ ਸੈਕਿੰਡ ਹੈਂਡ ਟਰਬੋ ਹੈ ਜੀ ਨਵੀਂ ਟਰਬੋ ਲਈ ਹੈ ਟਰਬੋ ਤਾਂ ਨਵੀਂ ਚੱਲਦੀ ਸੈਕਿੰਡ ਹੈਂਡ ਨਹੀਂ ਚੱਲਦੀ ਠੀਕ ਹੈ ਸੈਕਿੰਡ ਹੈਂਡ ਤੇਲ ਮਾਨ ਲੱਗ ਜਾਂਦੀ ਹੈ ਬਾਕੀ ਇਹਦੇ ਮਿਲਣ ਪਿਛਲੇ ਹਿੱਸੇ ਦਾ ਵੀ ਕੰਮ ਹੈ ਜੀ ਇਹ 60 ਦਾ ਲਈ ਜੀ ਸਾਰਾ ਪਿਛਲੇ ਸਾਰਾ ਹਿੱਸਾ ਪਿਛਲਾ 60 ਦਾ ਇਹ ਲੰਬਾ ਵੀ ਹੋ ਤੇਲ ਬ੍ਰੇਕਾਂ ਜੀ ਇਹ ਤੇਲ ਬ੍ਰੇਕਾਂ ਤੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਅੱਛਾ ਜੀ ਸਾਰਾ ਜੀ ਠੀਕ ਹੈ ਜੀ ਆਹ ਦੇਖੋ ਬਾਈ ਤੁਸੀਂ ਟਰਬੋ ਦੀ ਫਿਟਿੰਗ ਦੇਖ ਸਕਦੇ ਹੋ ਹਾਂ ਇੱਕ ਰੁਪਈਏ ਟਰਬੋ ਦੀ ਫਿਟਿੰਗ ਹੋਈ ਆ ਇੰਜਨ ਦੇ ਵੀਰੇ ਕੋਈ ਇਹਦੇ ਮੋਡੀਫਿਕੇਸ਼ਨ ਹੋਈ ਆ ਇੰਜਨ ਨਹੀਂ ਇੰਜਨ ਐਂ ਨਹੀਂ ਰੱਖਣਾ ਟਰਬੋ ਔਰ ਪੰਪ ਦੀ ਹੋਈ ਹੋਣੀ ਆ ਪੰਪ ਉਹੀ ਡਾਇਫਰਾਮ ਵਾਲਾ ਹਾਂਜੀ ਉਹਦੀ ਮੋਡੀਫਿਕੇਸ਼ਨ ਕੋਈ ਨਹੀਂ ਉਹ ਹੀ ਹੈ ਜਿਹੜਾ ਡਾਇਫਰਾਮ ਵਾਲਾ ਪਹਿਲਾਂ ਠੀਕ ਹੈ ਜੀ ਆਹ ਰੇਟ ਤੋਂ 60 ਦਾ ਹੀ ਹੈ ਸਾਰਾ ਪਿਛਲਾ ਹਿੱਸਾ ਇੱਥੋਂ ਆਹ ਪਲੇਟ ਇਹਦੀ ਓਰੀਜਨਲ ਹੈ ਜੀ ਸਾਰਾ ਇਹਦੀ ਓਰੀਜਨਲ ਫਿਟਿੰਗ ਆਈ ਨਹੀਂ ਆ 2020 ਮਾਡਲ ਦਾ ਲੈਂਦਾ ਜੀ ਫਾਰਨ ਡਰਾਈਵ 60 ਦਾ ਤੇਲ ਬ੍ਰੇਕਾਂ ਵਾਲਾ ਤੇਲ ਬ੍ਰੇਕਾਂ ਵਾਲਾ ਹਿੱਸਾ ਬਾਈ ਇਹ EPI ਵਾਲਾ ਬੋਲੇ ਜਿਹਨੂੰ ਆਪਾਂ EPI ਨਹੀਂ ਹੈਗਾ ਜੀ ਉਹ ਦੂਜਾ ਹੀ ਆ ਵੋਲੰਟਰੀ ਡਰਾਈਵ ਉਹ ਨਹੀਂ ਹੈਗਾ ਜੀ ਠੀਕ ਹੈ ਜੀ ਠੀਕ ਹੈ ਇਹ ਜਿਹੜੀ ਡਿਸਕ ਬ੍ਰੇਕ ਹੈ ਇਹਦੇ ਐਕਸਲ ਬੜੇ ਇੱਕ ਦੋ ਪਿੱਛੇ ਠੀਕ ਹੈ ਜੀ ਟਾਇਰ ਬੜੇ ਪੈਣਗੇ ਇਹਦੇ ਨਾਲ ਜੀ ਟਾਇਰ ਕਿਹ ਰੋਲਾ ਤੇ 14 ਦੇ ਪੈਣਗੇ 14 ਦੇ ਪੈਣਗੇ ਤੇ ਮਗਰਾੜ ਵੀ ਇਹਦੇ ਮਿਲਾ ਦੋ ਫਾਰਮ ਟਰੈਕ 60 ਵਾਲੇ ਮਗਰਾੜ ਰੰਗ ਹੋਣਾ ਬਸ ਇਹਨੂੰ ਪੂਰਾ ਤਿਆਰ ਹੋਣਾ ਹੀ ਰੰਗ ਬਾਅਦ ਚ ਲੋ ਜੀ ਲਿਫਟ ਵੀ ਦੂਈ ਹੈ 60 ਵਾਲੀ ਮੋਟੇ ਆ ਲਿਫਟ ਵੀ 60 ਵਾਲੀ ਹੈ ਜੀ ਦੇਖ ਸਕਦੇ ਸਾਰਾ ਪਿਛਲਾ 60 ਦਾ ਹੀ ਹੈ 20 ਮਾਡਲ ਦਾ ਠੀਕ ਹੈ ਜੀ ਨਾਲੇ 60 ਵਾਲਾ ਕੰਮ ਕਰੂ ਹੁਣ ਬ੍ਰੇਕਾਂ ਬਰੂਕਾਂ ਤੇਲ ਹੋ ਗਈਆਂ ਨਹੀਂ ਆ ਰਹੀਆਂ ਨਾਲੇ ਵਿੱਦ ਟਰਬੋ ਹੋ ਗਿਆ ਜੀ ਹਾਂ ਟਰਬੋ ਲੱਗੀ ਬਾਈ ਜਦ ਪੇਂਟ ਹੋ ਗਿਆ ਨਾ ਪੇਂਟ ਵੀ ਆਪਾਂ ਹੀ ਕਰਨਾ ਵੀਰੇ ਪੇਂਟ ਹੋਣਾ ਹੈ ਹਾਂਜੀ ਜਦੋਂ ਬਾਈ ਪੇਂਟ ਹੋ ਗਿਆ ਇਹਦੀ ਵੀਡੀਓ ਫੇਰ ਪਾਵਾਂਗੇ ਆ ਦੇਖੋ 24 ਰੁਪਿਆ ਬਾਈ ਖਜ਼ਾਨੇ ਆਪਣੇ ਕੋਲ ਪੂਰੇ ਨੇ ਅੱਜ ਵੀਰੇ ਆਇਓ ਮੜਾ ਜਿਹਾ ਜੌਂਡੀਅਰ ਬਾਰੇ ਵੀ ਜਾਣਕਾਰੀ ਦਿਓ ਆ ਵੀਰੇ ਜੌਂਡੀਅਰ ਆ ਆਪਣਾ 50-75 ਮਾਡਲ ਵੀਰੇ 50-75 ਉਹ ਸਾਹਮਣੇ ਆਪਾਂ ਦੇਖ ਵੀ 50-75 ਈ ਹਾਂ ਜੀ ਕਿੰਨਾ ਮਾਡਲ ਆ ਵੀਰੇ ਜੌਂਡੀਅਰ ਇਹ ਅਠਾਰਾਂ ਮਾਡਲ ਜੀ ਤੇ ਇਹਦੇ ਲੇ ਲੈਂਡ ਦਾ ਇੰਜਨ ਲੱਗ ਰਿਹਾ ਅਠਾਰਾਂ ਮਾਡਲ ਹੋ ਗਿਆ ਜੀ ਨਵਾਂ ਹੀ ਆ ਟਰੈਕਟਰ ਦਾ ਜੀ ਮੈਂ ਕਹਿੰਦਾ ਪਹਿਲੀ ਵਾਰੀ ਖੁੱਲਿਆ ਹੋਣਾ ਜੀ ਇੰਜਨ ਵਾਸਤੇ ਇੰਜਨ ਵਾਸਤੇ ਹੀ ਖੁੱਲਿਆ ਸਾਰਾ ਕੁਝ ਪਹਿਲੀ ਵਾਰ ਕਿੰਨੇ ਐਚ ਪੀ ਇੰਜਨ ਆ ਜੀ ਇਹ 4 ਸਿਲੰਡਰ ਇੰਜਨ 100 ਪਾਵਰ ਦਾ 95-95 ਐਚ ਪੀ ਦਾ 4 ਸਿਲੰਡਰ ਜੀ ਜੋਰ ਤੋਂ ਸੰਤੁਸ਼ਟ ਨੀ ਸੀ ਬਾਈ ਆ ਜੌਂਡੀਅਰ ਦਾ ਆ ਕਰਕੇ ਇਕੱਠਾ ਧਰਤਾ ਹੈ ਇੱਧਰ ਠੀਕ ਹੈ ਜੀ ਜਿਆਦਾ ਬੰਦਾ ਕਹਿੰਦਾ ਵੀ ਮੈਂ ਟਰੈਕਟਰ ਨੂੰ ਲਵਾ ਲੈਣਾ ਜਦ ਕਿ ਟਰੈਕਟਰ ਵੇਚਣਾ ਮਤਲਬ ਠੀਕ ਹੈ ਜੀ ਟਾਂਗੇ ਦੇ ਉੱਪਰ ਜਿਵੇਂ ਮਰਜ਼ੀ ਇਹ ਮਾਨੀ ਕਿ ਇਹਨਾਂ ਨੇ ਵੇਚਿਆ ਨਹੀਂ ਇੰਜਨ ਰੱਖ ਲਿਆ ਇਹ 4x4 ਆ ਹਿੱਸਾ ਇਹਦਾ ਅਗਲਾ ਪਿਆ ਜੀ ਅੱਛਾ ਜੀ ਇਹ 4x4 ਠੀਕ ਹੈ 4x4 ਸੀ ਨਹੀਂ ਪਲੇਟਾਂ ਬਣਨਗੀ ਵਿੱਚ ਪਲੇਟ ਇਹਦੀ ਵੀ ਪਲੇਟ ਬਣ ਕੇ ਬਕਾਇਦਾ ਫੇਰ ਫਿਟਿੰਗ ਹੋਊਗੀ ਹੈ ਨਾ ਜੀ ਫਿਟਿੰਗ ਤੁਸੀਂ ਪਿਛਲੀ ਵੀਡੀਓ 'ਚ ਵੀ ਦੇਖੀ ਹੈ ਬਾਈ ਦੀ ਇੱਕ ਨੰਬਰ ਫਿਟਿੰਗ ਹੁੰਦੀ ਆ ਪਤਾ ਵੀ ਨਹੀਂ ਲੱਗਦਾ ਇੰਜਨ ਨੂੰ ਟਚਿੰਗ ਕਰ ਦੇਣੀ ਆ ਠੀਕ ਆ ਜੀ ਇਹ ਆਪਣਾ 90-95 ਐਚ ਪੀ ਚ ਵਿਦ ਟਰਬੋ ਇੰਜਨ ਆ ਜੀ 4 ਸਿਲੰਡਰ ਦੇ ਵਿੱਚ ਹੈ ਜੀ
ਲੇ ਲੈਂਡ ਹਿਨੋ ਦਾ ਇੰਜਨ ਆ ਭਾਈ ਕੰਮ ਹੋਊਗਾ ਜੀ ਇੰਜਨ ਦਾ ਕਾ ਫੁੱਲ ਕੰਮ ਤਕਰੀਬਨ ਮਾੜਾ ਮੋਟਾ ਹੀ ਹੋਊਗਾ ਜੀ ਰਿੰਗ ਸਲੀਬਾਂ ਪੈਣਗੇ ਬਸ ਠੀਕ ਹੈ ਜੀ ਤੇ ਜ਼ਿਆਦਾ ਨਹੀਂ ਵਧੀਆ ਇੰਜਨ ਹੈ ਕੋਈ ਨਹੀਂ ਖਰਾਬ ਮਾਲ ਤੇ ਸੈਕਿੰਡ ਹੈਂਡ ਇੰਜਨ ਲਿਆ ਉਹਨਾਂ ਨੇ ਹੈ ਜੀ 16 ਮਾਡਲ ਦਾ ਇੰਜਨ ਹੈ ਇਹ ਤਕਰੀਬਨ ਵੀਰੇ ਕਿੰਨੇ ਕਿਦਾ ਬਣ ਜਾਂਦਾ ਇੰਜਨ ਹੈ ਇਹਦਾ 100 HP ਦਾ ਇੰਜਨ ਲਿਆ ਜੀ ਮੈਨੂੰ ਲੱਗਦਾ 75 ਜਾਂ 80 ਯਾਰ ਦੇ ਵਿੱਚ ਲਿਆ ਆ 80 ਯਾਰ ਦਾ ਇੰਜਨ ਪਟਿਆਲੇ ਤੋਂ ਜੀ ਕਬਾੜ ਮਾਰਕੀਟ ਪਟਿਆਲਾ ਉੱਥੋਂ ਲਿਆਏ ਨੇ ਠੀਕ ਹੈ ਠੀਕ ਹੈ ਬਾਈ ਜਦ ਇਹ ਕੰਪਲੀਟ ਹੋ ਗਿਆ ਇਹਦੀ ਵੀਡੀਓ ਆਪਾਂ ਇੱਕ ਵਾਰ ਫੇਰ ਪਾਵਾਂਗੇ ਦੋ ਵਾਰ ਇਹ ਨਹੀਂ ਚੇਂਜ ਹੁੰਦਾ ਇਹ ਕੋਈ ਨਾ ਪਿੱਛੇ ਹੋਈ ਰਹੂਗਾ ਸਾਰਾ ਸਾਰਾ ਹਿੱਸਾ ਪਿਛਲਾ ਲੱਗ ਜਾਣਗੇ ਟਕਿਆ ਜਾਣਾ ਤਾਂ ਪਤਾ ਹੀ ਲੱਗਣਾ ਇੰਜਨ ਦੇ ਇਹ ਤਾਂ ਫਿਟਿੰਗ ਜਦ ਕਰਤੇ ਹੋਊਗੀ ਪਿਛਲੀ ਵੀਡੀਓ ਆਪਾਂ ਦੇਖਿਆ ਹੀ ਆ 00 ਫਿਟਿੰਗ ਹੁੰਦੀਆਂ ਨੇ ਪੂਰੀ ਲਓ ਜੀ ਇਹ ਆਪਣਾ 50-75 ਈ ਜੌਂਡੀਅਰ ਟਾਇਰ ਵੀ ਯਾਰ ਕਿੰਨੇ ਦੇ ਟਾਇਰ ਨੇ ਪਿਛਲੇ ਇਹਦੇ 18 ਰੇਡੀਅਲ ਟਾਇਰ ਹੈ ਬੰਦਾ ਕਹਿੰਦਾ ਮੈਂ ਦੁਬਾਰਾ ਪਵਾਇਆ ਰੇਡੀਅਲ ਟਾਇਰ ਨੇ ਨਾ ਜੀ ਬੰਦਾ ਕੰਪਨੀ ਦੇ ਇੰਜਨ ਤੋਂ ਕਹਿੰਦੇ ਵੀ ਸੰਤੁਸ਼ਟ ਹੈ ਨਹੀਂ ਸੀ ਵੀ ਇੰਨਾ ਜ਼ੋਰ ਨਹੀਂ ਮਾਰਦਾ ਹੁਣ ਕਰਤੀ ਇਹਦੀ ਸਿਰਾ ਗੱਲਬਾਤ ਬਾਈ ਲੇ ਲੈਂਡ ਦਾ ਇੰਜਨ ਲਾਤਾ ਐਚ ਪੀ ਦੇ ਵਿੱਚ ਨਾਲ ਵੀਰੇ ਆ ਆਪਣਾ ਭੂਮੀ ਪੱਤਰ ਇਹ ਵੀ ਤਿਆਰ ਹੋ ਰਿਹਾ ਹੈ ਜੀ ਇੱਧਰ ਇਹਨੂੰ ਬਾਈ 4x4 ਨਾ ਸਮਝਿਓ ਇਹ ਜੌਂਡੀਅਰ ਦਾ ਹਿੱਸਾ ਪਿਆ ਇੱਧਰ ਦੇਖਣ ਨੂੰ ਇਹ ਲੱਗਦਾ ਵੀ ਕਿਤੇ ਇਹ ਵੀ ਇਹਦਾ ਹੀ ਹੈ ਜਗਾੜ ਇੱਧਰ ਬਾਈ ਕੋਲ ਟਰੈਕਟਰ ਆਏ ਹੋਏ ਨੇ ਇੱਧਰ ਸਰਵਿਸ ਵਗੈਰਾ ਲਈ ਇਹਦਾ ਕੰਮ ਚੱਲ ਰਿਹਾ ਬਾਈ ਆਹ ਚੀਜ਼ ਘੈਂਟ ਆ ਪੂਰੀ ਲੱਖਣ ਦਾ ਇੰਜਨ ਹੋਊਗਾ ਪੁਰਾਣਾ ਓਰਿਜਨਲ ਹੈ ਜੀ ਇੱਕ ਵਾਰ ਬਾਈ ਨਿਗਾਹ ਮਾਰ ਲਓ ਇਹਦੇ 'ਤੇ ਜਦੋਂ ਇਹ ਕੰਪਲੀਟ ਹੋ ਗਿਆ ਅਤੇ ਵੀਰੇ ਕਿੰਨਾ ਸਮਾਂ ਲੱਗ ਜੂ ਇਹਨੂੰ ਕੰਪਲੀਟ ਹੋਣ ਨੂੰ 15-20 ਦਿਨ ਲੱਗ ਜਾਣਗੇ ਜੀ ਜਿੱਦਾਂ ਬਾਈ ਕੰਪਲੀਟ ਹੋ ਗਿਆ ਆਪਾਂ ਪੂਰੀ ਫੁੱਲ ਵੀਡੀਓ ਪਾਵਾਂਗੇ ਇਹਦੀ ਸਟਾਰਟ ਕਰਕੇ ਦਿਖਾਵਾਂਗੇ ਸਾਰਾ ਕੁਛ ਸੋ ਚੈਨਲ ਆਪਣੇ ਨਾਲ ਜੁੜੇ ਰਹੇ ਹੋ ਇਹ ਆਪਣਾ ਜੌਂਡੀਅਰ ਆ 50-75 ਈ ਇਹ ਤਾਂ ਲੇ ਲੈਣ ਦਾ 90-95 ਐਚ ਪੀ ਵਿਦ ਟਰਬੋ ਇੰਜਨ ਲੱਗ ਰਿਹਾ ਓਰਿਜਨਲ ਲਾ ਕੇ 4-wheel ਡਰਾਈਵ ਦੇ ਵਿੱਚ ਟਰੈਕਟਰ ਆ ਇਹ ਪਿੱਛੇ ਕੋਈ ਛੇੜਖਾਨੀ ਨਹੀਂ ਹੋਈ ਹੈਗੀ ਸਿਰਫ ਇੰਜਨ ਚੇਂਜ ਹੋਇਆ ਪਲੇਟ ਬਣਾ ਕੇ ਇਹ ਤੁਸੀਂ ਆਪ ਬਣਾਉਂਦੇ ਹੋ ਵੀਰੇ ਪਲੇਟ ਦਾ ਨਾ ਆਪ ਤਿਆਰ ਕਰ ਦਿਓ ਸੋ ਉਸ ਤੋਂ ਬਾਅਦ ਬਾਈ ਤੁਸੀਂ ਦੇਖਿਆ ਫੋਰਡ ਫੋਰਡ ਆ ਫੁੱਲੀ ਡਿਫਰੈਂਟ ਕੰਮ ਆ ਬਾਈ ਇਹ ਸ਼ਾਇਦ ਨੈੱਟ 'ਤੇ ਬਹੁਤ ਘੱਟ ਵੀਡੀਓ ਹੋਊਗੀ ਇਹੋ ਜਿਹੀ ਕੋਈ ਕਿਸੇ ਨੇ ਕਰਿਆ ਹੋਊ ਫੋਰਡ ਆਹ ਦੇਖੋ ਡੈਫਰਮ ਵਾਲੇ ਉਹਦੇ ਫੋਰਡ 'ਤੇ ਲਈ ਆ ਟਰਬੋ ਅਤੇ ਸਾਰਾ ਹੀ ਕੰਮ ਹੋਇਆ ਨਾ ਟੋਟਲ ਪਿਛਲਾ ਹਿੱਸਾ ਟੋਟਲੀ 60 ਵਾਲਾ ਤੇਲ ਬ੍ਰੇਕਾਂ ਇਹ ਹੋ ਜੂ ਹੁਣ 50 HP ਚ ਆ ਜੂਗਾ ਜੀ ਟਰੈਕਟਰ ਠੀਕ ਹੈ ਜੀ 55-60 ਦੀ ਕੈਟੇਗਰੀ 'ਚ ਜਾਊਗਾ ਟਰੈਕਟਰ ਹੁਣ ਫੁੱਲ ਜ਼ੋਰ ਮਾਰੂ ਜੀ ਠੀਕ ਹੈ ਜੀ ਠੀਕ ਹੈ ਲਓ ਜੀ ਜਦੋਂ ਇਹ ਟਰੈਕਟਰ ਤਿਆਰ ਹੋ ਗਿਆ ਇਹਨੂੰ ਵੀ ਪੇਂਟ ਹੋਣਾ ਸਾਰਾ ਜਦੋਂ ਪੇਂਟ ਇਹਦਾ ਕੰਪਲੀਟ ਹੋ ਗਿਆ ਬਾਈ ਇਹਦੀ ਵੀ ਵੀਡੀਓ ਅਲੱਗ ਤੋਂ ਪਾਵਾਂਗੇ ਅੱਜ ਆਪਾਂ ਇਹਦੇ ਕੰਮ ਚੱਲਦੇ ਦੀ ਵੀਡੀਓ ਪਾਤੀ ਹੈ ਨਾ ਦੋਨਾਂ ਟਰੈਕਟਰਾਂ ਦੀ ਅਲੱਗ ਤੋਂ ਵੀਡੀਓ ਪਾਵਾਂਗੇ ਆਪਾਂ ਟਰਬੋ ਦੇ ਖਰਚੇ ਵੀਰੇ ਕੱਲੀ ਟਰਬੋ ਟਰਬੋ ਜੀ ਵਿੱਚ ਟਰਬੋ ਨਵੀਂ ਲਾ ਕੇ ਠੀਕ ਹੈ ਵਿੱਚੇ ਫਿਟਿੰਗ ਚਾਰਜ ਵਗੈਰਾ ਬਾਕੀ ਉਹ ਜਿਹੜਾ ਪਿੱਛੇ ਹੋਰ ਕੰਮ ਕਰਿਆ ਉਹ ਐਕਸਟਰਾ ਜੀ ਇਹ ਤਾਂ ਉਹ ਗੱਲ ਵੀ ਜਿੰਨੇ ਕੁ ਮਤਲਬ ਜੀ ਕੰਮ ਆ ਹਨਾ ਉਸ ਹਿਸਾਬ ਨਾਲ ਪੈਸੇ ਆ ਨਾ ਜੀ ਜਿਹੋ ਜਿਹੇ ਅਗਲੇ ਨੇ ਕੰਮ ਕਰਾਉਣਾ ਸੋ ਇਹ ਫੋਰਡ ਦਾ ਬਾਈ ਟਰਬੋ ਲੱਗ ਗਈ ਹਿੱਸਾ ਪਿਛਲਾ ਸਾਰਾ ਚੇਂਜ ਹੋ ਗਿਆ ਤੇਲ ਬ੍ਰੇਕਾਂ ਵਾਲਾ ਹਿੱਸਾ 60 ਦਾ ਲੱਗ ਗਿਆ ਮਗਰਾੜ 60 ਵਾਲੇ ਨੇ ਅਤੇ ਇਹਦੇ ਟਾਇਰ ਵੀ ਬੜੇ ਪੈ ਜਾਣਗੇ ਬਾਈ ਪੇਂਟ ਹੋਊਗਾ ਇਹ ਟੋਟਲੀ ਕੰਪਲੀਟ ਟਰੈਕਟਰ ਬਣ ਜਾਣਾ ਨਵਾਂ ਇਹ ਓਰਿਜਨਲ ਹੀ ਰੱਖਣਾ ਜੀ ਮਤਲਬ ਇਹ ਪਾਵਰ ਨਹੀਂ ਕਰਾਉਣਾ ਜੀ ਠੀਕ ਹੈ ਜੀ ਠੀਕ ਹੈ ਵੀ ਉਹ ਓਰਿਜਨਲ ਰੱਖਣ ਵਾਸਤੇ ਇਹਨਾਂ ਨੇ ਵੀ ਪਾਵਰ ਨਹੀਂ ਕਰਾਉਣਾ ਇਹ ਠੀਕ ਹੈ ਵੀਰੇ ਇਹ ਵੀਡੀਓ ਬਾਈ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਆਉਣ ਵਾਲੀ ਵੀਡੀਓ ਵੀਰੇ ਇਹਨਾਂ ਦੋਹਾਂ ਦੀ ਕੰਪਲੀਟ ਵਾਲਿਆਂ ਦੀ ਆਊਗੀ ਹੋ ਸਕਦੀ ਹੈ ਵੀ ਇਕੱਠੀ ਪਾ ਦਈਏ ਪਹਿਲਾਂ ਵੀਰੇ ਕਿਹੜਾ ਤਿਆਰ ਹੋ ਜੂ ਪਹਿਲਾਂ ਫੋਰਡ ਜਾਊਗਾ ਪਹਿਲਾਂ ਬਾਈ ਫੋਰਡ ਦੀ ਵੀਡੀਓ ਪਾਵਾਂਗੇ ਫਿਰ ਉਸ ਤੋਂ ਬਾਅਦ ਪਾਵਾਂਗੇ ਜੌਂਡੀਅਰ ਦੀ ਜਿਹਦੇ ਲੇ ਲੈਂਡ ਵਾਲਾ ਇੰਜਨ ਲੱਗ ਲਿਆ ਸੋ ਵੀਡੀਓ ਚੰਗੀ ਲੱਗੀ ਬਾਈ ਕਮੈਂਟ ਕਰਿਓ ਸ਼ੇਅਰ ਕਰਿਓ ਧੰਨਵਾਦ ਸਬਸਕ੍ਰਾਈਬ ਕਰ ਲਿਓ ਸ਼ੁਕਰੀਆ ਨਾਲ ਗੁਰਤੇਜ ਕੈਮਰਾਮੈਨ ਗੁਰਤੇਜ ਦੇ ਨਾਲ ਠੀਕ ਹੈ ਜੀ